ਹਾਂਜੀ, ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ? ਲਓ ਜੀ, ਗੁੱਡ ਮਾਰਨਿੰਗ ਅਤੇ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਵਲੋਗ 'ਚ ਤੁਹਾਡਾ ਫਿਰ ਸਵਾਗਤ ਆ। ਸੋ ਅੱਜ ਅਸੀਂ ਚੱਲੇ ਹੈਗੇ ਹਾਂ ਅਨੰਦਪੁਰ ਸਾਹਿਬ ਮੱਥਾ ਟੇਕਣ। ਤੁਹਾਨੂੰ ਅੱਜ ਕਿਹਾ ਵੀ ਵਲੋਗ ਜਿੰਨਾ ਬਣਿਆ ਅਪਲੋਡ ਕਰ ਦੇਣਾ ਆ, ਠੀਕ ਹੈ। ਅਨੰਦਪੁਰ ਸਾਹਿਬ ਆਪਾਂ ਤਾਂ ਚੱਲੇ ਹਾਂ ਕਿਉਂਕਿ ਹੁਣ ਫਿਰ ਕਣਕ ਕੁਣਕ ਚੱਕ ਕੇ ਡੈਡੀ ਮੰਮੀ ਹੋਣੀ ਚਲ ਜਾਣਾ ਆ। ਸੋ ਉਹਦੇ ਕਰਕੇ ਮੱਥਾ ਟੇਕਣਾ ਆ। ਮੱਥਾ ਹੀ ਟੇਕ ਨਹੀਂ ਹੋਇਆ, ਡੈਡੀ ਟੇਕ ਗਿਆ ਇੱਕ ਦਿਨ ਜਾ ਕੇ ਤਾਂ ਆਏ ਹੋਣਾ ਨਾ, ਅਤੇ ਮੰਮੀ ਨਹੀਂ ਟੇਕ ਕੇ ਆਏ, ਅਤੇ ਡੈਡੀ ਦਾ ਅੰਮ੍ਰਿਤਸਰ ਰਹਿੰਦਾ ਟੇਕਣ ਨੂੰ। ਹੁਣ ਡੈਡੀ ਅੰਮ੍ਰਿਤਸਰ, ਮੈਂ ਦੋ ਥਾਂ 'ਤੇ ਜਾਣਾ, ਅਨੰਦਪੁਰ ਸਾਹਿਬ ਵੀ ਅੰਮ੍ਰਿਤਸਰ ਵੀ। ਸੋ ਪਹਿਲਾਂ ਅਨੰਦਪੁਰ ਸਾਹਿਬ ਮੰਮੀ ਲੈ ਆਉਣੇ ਆ, ਡੈਡੀ ਟੇਕ ਆਏ ਆ। ਸੋ ਡੈਡੀ ਕਹਿੰਦੇ ਕੋਈ ਨਹੀਂ, ਮੈਂ ਘਰ ਹੀ ਹਾਂ, ਜੇ ਕਣਕ ਵੱਢ ਹੋਣੀ ਆ ਸਾਡੀ ਉਹਦੇ ਕਰਕੇ, ਠੀਕ ਆ। ਅਤੇ ਉਹ ਤੋਂ ਬਾਅਦ ਫਿਰ ਕਿਸੇ ਨੇ ਅੰਮ੍ਰਿਤਸਰ ਜਾਣਾ ਆ, ਠੀਕ ਆ। ਬਾਕੀ ਚਲੋ ਕਰਦੇ ਹਾਂ ਵਲੋਗ ਜਾਂਦੇ ਜਾਂਦੇ ਕੰਟੀਨਿਊ। ਮੈਂ, ਕਰਨ, ਮੰਮੀ, ਤਿੰਨੇ ਡੈਡੀ ਆ। ਜੇ ਪਹਿਲਾਂ ਪਤਾ ਹੁੰਦਾ ਫਿਰ ਸ਼ਾਇਦ ਬੱਬੂ ਨਾਲ ਲੈ ਜਾਂਦੇ। ਪਹਿਲਾਂ ਸਾਨੂੰ ਇੱਦਾਂ ਸੀ ਵੀ ਡੈਡੀ ਨੂੰ ਵੀ ਨਾਲ ਲੈ ਕੇ ਆਉਣਾ, ਹੁਣ ਡੈਡੀ ਕਹਿੰਦੇ ਮੈਂ ਕਣਕ ਵਢਾਉਣੀ ਅੱਜ, ਅਤੇ ਮੈਂ ਟੇਕ ਆਇਆ ਮੱਥਾ, ਜੀ ਮਹੀਨਾ ਵੀ ਨਹੀਂ ਹੋਇਆ, ਤੁਸੀਂ ਟੇਕ ਆਓ। ਚਲੀਏ ਬਈ ਛੋਟੂ, ਚੱਲ ਆ ਜਾ। ਟੇਕ ਤਾਂ ਅਸੀਂ ਵੀ ਆਏ ਸੀ ਕਿਉਂਕਿ ਜੋ ਪਿੱਛੇ ਜੇ ਗਏ ਸੀ ਆਪਾਂ, ਮੈਂ ਪਿੰਡ ਤੋਂ ਲੰਘੇ, ਸਾਨੂੰ ਦੱਸਿਆ ਸੀਗਾ, ਪਰ ਇੱਦਾਂ ਫਿਰ ਵੀ ਮਨ 'ਚ ਰਹਿ ਜਾਂਦਾ ਵੀ ਜਾ ਨਹੀਂ ਹੋਇਆ, ਤਾਂ ਕਰਕੇ ਘਰੋਂ ਨਿਕਲੇ ਨਹੀਂ। ਦੋ ਮਿੰਟ ਹੋਏ ਨਹੀਂ ਤਾਂ ਪਾਣੀ ਪੀ ਵੀ ਲਿਆ, ਤੈਨੂੰ ਪਿਆਸ ਵੀ ਲੱਗ ਗਈ ਤੈਨੂੰ ਹੁਣੇ? ਅੱਛਾ, ਚਲੋ ਠੰਡਾ ਠੰਡਾ ਗੱਡੀ ਜਾ ਕੇ ਲੱਗਦਾ ਸਵਾਦ ਹੈ। ਦਾਰੂ ਤਾਂ ਨਹੀਂ ਪੀਂਦੀ ਰਾਤ ਨੂੰ ਜਿਹੜੇ ਤੂੰ ਲੱਸੀ ਪੀਣੀ? ਹੁਣ ਡੈਡੀ ਵਾਲੇ ਕੰਮ ਕਰਦੀ ਜਿਹੜੇ ਤੂੰ, ਡੈਡੀ ਵਾਲੇ ਕੰਮ ਕਰਦੀ ਆ, ਡੈਡੀ ਛੱਡ ਗਿਆ ਮਤਲਬ ਇਹ ਹੁਣ ਸ਼ੁਰੂ ਕਰਨ ਲੱਗੀ ਆ। ਡੈਡੀ ਨੂੰ ਨਾਗੇ ਪਾਏ ਹੋ ਆਪਣੇ, ਔਖਾ ਲੈ ਮੰਮੀ ਵੀ ਨਾਲੇ ਰਲੀ ਵਾ, ਮੰਮੀ ਨੂੰ ਵੀ ਆਦਤ ਪਈ ਨਾ ਡੈਡੀ ਨੂੰ ਰੋਜ਼ ਕਹਿੰਦੀ ਹੁੰਦੀ ਆ ਪੀ ਲਾ, ਚੱਲ ਕੋਈ ਨੀ ਅੱਜ ਰਿੜਕੀ ਹੋ ਪੀ ਲਾ, ਫੜ ਲੱਸੀ ਤਾਂ ਬਹੁਤ ਵਧੀਆ, ਲੱਸੀ ਤਾਂ ਜਾਂ ਮਨ ਨਹੀਂ ਹੋਣੀ, ਸਾਰੇ ਉਹੀ ਪੀ ਕੇ ਕਰਦੇ ਬਿਜ਼ਨਸ, ਲੱਸੀ ਨਾ ਹੋਈ ਤੁਹਾਡੀ। ਚਲੋ 9:38 ਹੋ ਗਏ, ਚਲੀਏ ਹੁਣ। ਇੱਦਾਂ ਨੇ ਕਿ 9:45 ਹੋਏ, 9:45 ਹੋਏ ਆ, 9:40 ਤੇ ਹੋਣੇ ਸੀਗੇ, ਆਪਾਂ 2 ਮਿੰਟ ਪਹਿਲੇ ਨਿਕਲ ਗਏ ਹਾਂ। 9:45 ਤੇ ਹੁੰਦੇ, 9:40 ਤੋਂ 45 ਦੇ ਵਿੱਚ ਵਿੱਚ ਹੁੰਦੇ ਹੁੰਦੇ ਆ। ਮੈਨੂੰ ਪੁੱਛਿਆ ਕਰੋ ਇੱਦਾਂ ਦੀ ਚੀਜ਼ਾਂ, ਮੈਂ ਇਹੀ ਕੁਛ ਕਰਦਾ। ਇਹ ਵੀ ਮੈਂ ਦੇਖੀ ਵੀਡੀਓ 'ਚ ਪਤਾ ਲੱਗਾ, ਪਹਿਲਾਂ ਮੈਂ ਵੀ 9:40 ਤੇ ਸਮਝਦਾ ਸੀ, 45 ਤੇ, ਫਿਰ ਕਹਿੰਦੇ 40 ਤੋਂ 45 ਦੇ ਵਿੱਚ ਵਿੱਚ ਹੁੰਦਾ ਹੈ। ਲਪੇਟ ਰਿਹਾ ਉੱਥੇ। ਚਲੋ ਚਲੀਏ ਹੋਰ, ਇਹ ਫਿਰ ਜ਼ਿਆਦਾ ਹੋ ਗਿਆ, ਲੜ ਗਈ ਆ, ਇਹਨੂੰ ਪਾਣੀ ਨੀ ਲੱਗਾ ਸੀ ਬਾਅਦ। ਦੇਖ ਲਿਓ ਫਿਰ ਵੀ ਸ਼ਰਤ ਰਹਿ ਗਈ ਤੁਹਾਡੇ ਨਾਲ ਮੇਰੀ, ਜਿੰਨੀ ਆਪਣੀ ਨਿਕਲਨੀ ਉਨੀ ਕਿਸੇ ਦੀ ਨਹੀਂ ਨਿਕਲਨੀ। ਡੈਡੀ ਦੇ ਬਹੁਤ ਯਕੀਨ ਨੇ ਇੱਧਰ, ਹੈ ਉਹਦਾ ਹੋਰ ਇਹ ਕੋਈ ਇੱਦਾਂ ਹੀ ਜਾਂਦੀ ਆ, ਪਹਿਲਾਂ ਕਹਿੰਦਾ ਰਹਿੰਦਾ ਮੁੜ ਕੇ ਸਾਰਾ ਜ਼ਿਆਦਾ ਹੋ ਗਿਆ। ਲੰਮੀ ਪੈ ਗਈ ਸਾਰੀ, ਹਵਾ ਕਿੰਨੀ ਚੱਲੀ ਪੰਜ ਸੌ ਸਾਰੀ ਏਦਾਂ ਹੀ, ਕੋਈ ਨੀ ਕੋਈ ਚੱਕਰ ਨੀ ਭਾਈ, ਕਣਕਾਂ ਦਾ ਹਾਲ ਤਾਂ ਆਹੀ ਹੈ, ਬਾਕੀ ਚਲੋ ਖੜੀ ਆ ਖੇਤ ਜ਼ਿਆਦਾ ਔਖਾ ਸਾਡੇ। ਚਲੋ ਬਾਕੀ ਬਾਬਾ ਸੁੱਖ ਰੱਖੇ, ਉਹ ਫੇਰ ਵੀ ਬਥੇਰੀ ਉਹਨੇ ਵੱਟ ਲੈਣੇ, ਦੇਖ ਲਿਓ ਤੁਸੀਂ ਵੀ ਇੱਥੇ ਹੀ ਆ, ਮੈਂ ਵੀ ਇੱਥੇ ਹੀ ਆ, ਬਸ ਵੇ ਚਲੋ ਤਾਂ ਹੀ ਆ, ਛੁੱਟੀ ਕਰ ਗਿਆ ਡੈਡੀ ਨੇ ਨਾਲ ਜਾਣਾ ਸਾਡੇ, ਉਹ ਵੀ ਹੁਣ ਕਣਕ ਵੱਢਣੀ, ਡੈਡੀ ਨੂੰ ਬਚਾ ਜ਼ਿਆਦਾ ਉੱਧਰ ਲਾਇਆ। ਓਹੋ ਚਲੋ ਕੋਈ ਚੱਕਰ ਨੀ, ਮੈਂ ਕਹਾਂ ਮੰਮੀ ਦਾ ਮੱਥਾ ਟਿਕਾ ਦੇਣੀ, ਡੈਡੀ ਟੇਕ ਹੀ ਆ, ਆਪ ਦੱਸਿਆ ਮੈਂ ਕਿਹਾ ਟੇਕ ਆਇਆ। ਚਲੋ ਚਲੀਏ, ਵਿਸਾਖੀ ਤੇ ਵੀ ਨਹੀਂ ਅੱਜ ਕੀ ਜਾ ਹੋਇਆ, ਉਦੋਂ ਆਪਾਂ ਲੰਗਰ ਲਾਇਆ ਸੀ ਨਾ ਤਾਂ ਕਰਕੇ, ਚੱਲਦੇ ਹਾਂ। 47 ਹੋ ਗਏ ਆਪਾਂ ਪਹੁੰਚ ਗਏ ਹਾਂ, ਘੰਟਾ ਹੀ ਲੱਗਦਾ ਪਿੰਡੋਂ, ਹੈ ਹੌਲੀ ਹੌਲੀ ਵੀ ਆਓ ਤਾਂ।
ਇੱਕ ਘੰਟੇ 'ਚ ਅਨੰਦਪੁਰ ਸਾਹਿਬ ਆ ਗਏ ਆਪਾਂ। ਬਾਕੀ ਰੋਡ ਥੋੜ੍ਹਾ ਜਿਹਾ ਖਰਾਬ ਸੀਗਾ, ਜੇ ਜੇ ਰੋਡ ਬਿਲਕੁਲ ਠੀਕ ਹੁੰਦਾ ਫਿਰ ਆਪਾਂ ਛੇਤੀ ਵੀ ਆ ਸਕਦੇ ਸੀ ਵਾਹਿਗੁਰੂ ਸੱਚੇ ਪਾਤਸ਼ਾਹ। ਸਹੀ ਗੱਲ ਆ, ਚਲੋ ਆਪਾਂ ਪਰਲੇ ਪਾਸੇ ਲੈ ਆਉਣਾ ਉਦੋਂ ਜਾਇਆ ਤੂੰ ਘਰ ਚੱਲ, ਤੂੰ ਘਰ ਚੱਲ, ਤੈਨੂੰ ਫੇਰ ਦੱਸਦੀ ਆ ਮੈਂ। ਚਲੋ ਚਲੀਏ ਤੇ ਕਰਦੇ ਆ ਵਲੌਗ ਕੰਟੀਨਿਊ। ਸੰਗਤ ਅੱਜ ਬਹੁਤ ਆਈ ਓ ਆ ਤੇ ਸਾਨੂੰ ਜਗ੍ਹਾ ਮਿਲ ਗਈ, ਪਰ ਉੱਥੇ ਗੱਡੀ ਲਾਉਣ ਦੀ, ਉੱਥੇ ਗੱਡੀ ਨਿਕਲੀ ਸੀਗੀ ਤਾਂ ਉੱਥੇ ਹੀ ਲਾਤੀ ਅਸੀਂ ਗੱਡੀ। ਲਓ ਜੀ ਉਹ ਤਾਂ ਜੇ ਆਏ ਆ ਕਿਰਨ ਉਹਦੇ ਪਿੱਛੇ ਖੜੀ, ਕਹਿੰਦੀ ਸ਼ਾਮੇ ਲਾ ਕੇ ਜਾਣੀ ਆ ਆਪਾਂ, ਸ਼ਾਮੇ ਲਾ ਕੇ ਅੱਧਾ ਘੰਟਾ ਨਹੀਂ ਲਾਤਾ, ਪਹਿਲਾਂ ਕੱਪੜੇ ਬਦਲੀ ਗਏ ਮੁੰਡਾ, ਉਹ ਤੋਂ ਬਾਅਦ ਵਿੱਚ ਕਿਤੇ ਉਹ ਉਤਰੇ ਆ। ਚਲੋ ਚਲੀਏ ਤੇ ਹੁਣ ਕਰੀਏ ਦਰਸ਼ਨ। ਵੀ ਤੁਸੀਂ ਵੀ ਸਾਰੇ ਜਣੇ ਕਰ ਲਓ ਦਰਸ਼ਨ, ਇਹ ਸਾਰੇ ਆਈ ਜਾਂਦੇ ਆ, ਪਰ ਜਿਹੜੇ ਨਹੀਂ ਅੱਜ ਆਏ ਜਿਹਨੇ ਬਲੌਗ ਦੇਖਣਾ ਅੱਜ, ਸੋ ਕਰ ਲਿਓ ਦਰਸ਼ਨ। ਦਰਸ਼ਨ ਹੋ ਗਏ ਤੇ ਚਲੀਏ ਹੁਣ, ਬਹੁਤ ਵਧੀਆ ਹੋਇਆ। ਪਹਿਲਾਂ ਮੈਨੂੰ ਗੁੱਸੇ ਹੋ ਗਏ ਵੀ ਮੈਂ ਏਡਾ ਵੱਡਾ ਗੜਾ ਪਾਉਣ ਨਹੀਂ ਰਹਿੰਦੀ ਕਿਉਂਕਿ ਮੇਰੇ ਹੀ ਵੱਜਦਾ ਮੁੜਦੀ। ਅਗੇ ਲੈ ਲਈਦਾ ਕੜਾ ਸੀ ਬਹਾਨੇ ਨਾਲ ਹੀ, ਹੋਰ ਪਾ ਤਾਂ ਹੋਣਾ ਨਹੀਂ, ਉਹ ਜੇਬ 'ਚ ਪਾ ਲਿਆ ਤਾਂ ਮੇਰੇ ਲੱਗਦਾ ਆ। ਪਹਿਲਾਂ ਹੀ ਪੈ 5-6 ਕੜੇ ਮੈਂ ਖੋਲ੍ਹ ਕੇ ਰੱਖੇ ਹੋਆ। ਕਿਹੜੀ ਆਹ ਵਾਲੀ? ਇੱਥੋਂ ਕੁਲਫੀ ਲੈ ਕੇ ਦੇਈਏ ਪਹਿਲਾਂ ਕੁੜੀ ਨੂੰ। ਅਤੇ ਹੁਣ ਅਸੀਂ ਪਹੁੰਚ ਗਏ ਹਾਂ ਬਾਬਾ ਗੁਰਦਿੱਤਾ ਜੀ ਦੇ। ਚਲੋ ਚਲੋ 11:55, 1 ਘੰਟਾ ਲੱਗਾ ਉੱਧਰ ਮੈਂ ਤੁਹਾਡੇ ਕੋਲ ਨੂੰ ਥੋੜ੍ਹਾ ਜਿਹਾ ਘੱਟੇ ਲੰਗਰ ਛਕਣਾ ਆਪਾਂ। ਲਓ ਜੀ ਧੰਨ ਧੰਨ ਬਾਬਾ ਗੁਰਦਿੱਤਾ, ਜੋ ਵਾਰ ਮੰਗਿਆ ਸੋ ਵਾਰ ਦਿੱਤਾ, ਵਾਹ। ਚਲੋ ਹੁਣ ਆਏ ਸੀ ਬਾਬਾ ਬੁੱਢੜ ਸ਼ਾਹ ਜੀ ਦੇ, ਵਾਹਿਗੁਰੂ ਸੱਚੇ ਪਾਤਸ਼ਾਹ। ਅਲੋਟਮੈਂਟ ਵੀ ਹੋ ਗਈ, ਕਹਿੰਦੇ ਬਲੈਰੋ ਗੱਡੀ ਖੜੀ ਆ, ਉਹ ਬਾਬੇ ਨੇ ਉਹ ਲਵਾਤੀ ਸਾਡੀ ਇੱਦਾਂ ਹੀ। ਬਾਬਾ ਕਹਿੰਦਾ ਚਲੋ ਮੱਥਾ ਹੀ ਟੇਕਣਾ ਯਾਰ, ਟਿਕਾ ਲਓ, ਕੋਈ ਰਸ਼ੇ ਬਹੁਤ ਹੈਗਾ ਜੀ, ਮੂਹਰੇ ਲਾ ਗਏ ਸੀ। ਪਰ ਹੁਣ ਚੱਲੇ ਹਾਂ, ਮੱਥਾ ਤਾਂ ਕਰਨ ਇੰਜੋਏ ਕਰਦੀ ਪੂਰਾ, ਕਦੇ ਆਈਸਕ੍ਰੀਮ ਕਦੇ ਫਿਰ ਇੱਦਾਂ ਦਾ ਕੀ ਹੁੰਦਾ ਇਹ ਬੇਲਪੁਰੀ, ਇੱਦਾਂ ਪੂਰਾ ਇੰਜੋਏ ਕਰਕੇ ਜਾਂਦੀ। ਕਹਿੰਦੀ ਇੱਥੇ ਤਾਂ ਮੈਂ ਬੇਲਪੁਰੀ ਪੱਕੀ ਖਾਂਦੀ ਆ ਕਿ ਮੈਨੂੰ ਖਾਣੀ ਪੈਣੀ ਆ, ਤੈਨੂੰ ਉਹੀ ਦੱਸਦਾ। ਕਹਿੰਦੀ ਇੱਥੇ ਤਾਂ ਖਾਣੀ ਪੈਣੀ ਕਿਉਂਕਿ ਮੈਂ ਹਰੇਕ ਸਾਲ ਖਾ ਕੇ ਜਾਂਦੀ ਹਾਂ, ਹਰੇਕ ਵਾਰ ਜਿੰਨੀ ਵਾਰ ਆਉਂਦੀ ਹਾਂ। ਚਲੋ ਕੋਈ ਚੱਕਰ ਨਹੀਂ, ਬਲੈਰੋ ਦੀ ਅਲੋਟਮੈਂਟ ਹੋ ਗਈ ਜਿਹੜਾ ਜਿੱਥੇ ਲੱਗ ਗਿਆ ਸੀ ਆਪਾਂ, ਉਹਦਾ 2 ਮਿੰਟ ਇਹ ਵੀ ਉਨਾ ਕੁ ਟਾਈਮ ਹੀ ਲਾਇਆ ਮੱਥਾ ਟੇਕਣ ਨੂੰ, ਕਿਉਂਕਿ ਜਗ੍ਹਾ ਹੈ ਨਹੀਂ ਸੀ, ਰਸ਼ ਬਹੁਤ ਹੈ ਅੱਜ, ਅਤੇ ਉਹਦੇ ਕਰਕੇ ਫਿਰ ਸਾਨੂੰ ਛੇਤੀ ਛੇਤੀ ਹੋ ਗਿਆ। ਅੱਜ ਸਵੇਰੇ ਸਾਨੂੰ ਕਈ ਬੰਦੇ ਕਹਿੰਦੇ ਅੱਜ ਰਸ਼ ਥੋੜ੍ਹੋ, ਹੁਣ ਸਾਰੇ ਵਿਸਾਖੀ ਦੇ ਮੱਥਾ ਟੇਕ ਗਏ ਆ। ਹਾਂ ਸਾਰੇ ਕਹਿੰਦੇ ਸੀ ਚਲੋ ਕੋਈ ਨੀ, ਬਾਬਾ ਭਲੀ ਕਰੇ, ਚਲੀਏ ਹੁਣ ਤੇ
ਚੱਲਦੇ ਹੁਣ ਜਾਣਾ ਆਪਾਂ ਕੀਰਤਪੁਰ ਸਾਹਿਬ, ਉੱਥੇ ਮੱਥਾ ਟੇਕਣਾ ਵਾ। ਲਓ ਜੀ ਹੁਣ ਕੀਰਤਪੁਰ ਸਾਹਿਬ, ਉਹ ਖਾ ਕੇ ਮੂੰਹ ਨਹੀਂ ਸਾਫ਼ ਕਰਦਾ ਪਤਾ, ਪਿਆਜ਼ ਮੂੰਹ ਲਾਈ ਫਿਰਦੀ ਹੈ। ਚਲੋ ਕੀਰਤਪੁਰ ਸਾਹਿਬ ਦਾ ਦਰਬਾਰ ਸਾਹਿਬ ਬਿਲਕੁਲ ਚੇਂਜ ਹੋ ਗਿਆ, ਹੁਣ ਜਦੋਂ ਬੈਕ ਸਾਈਡ ਤੋਂ ਜਾਣਾ ਪੈਂਦਾ ਸਾਹਮਣੇ ਉਹ ਗੇਟ ਖੋਲ ਦਿੱਤਾ ਇਹਨੇ, ਅਸੀਂ ਤਾਂ ਆਪ ਹੁਣੇ ਆਏ ਹਾਂ, 2 ਮਹੀਨਿਆਂ ਬਾਅਦ ਦੇਖਿਆ ਚੇਂਜ ਬਹੁਤ ਹੋ ਗਿਆ। ਕੀਰਤਪੁਰ ਸਾਹਿਬ ਵੀ ਮੱਥਾ ਟੇਕ ਲਿਆ, ਕਿੱਦਾਂ ਵੀ ਸੰਗਤ ਤੋਂ ਖੁਸ਼ ਆ ਹੁਣ। ਚਲੋ ਅਤੇ ਹੁਣ ਚੱਲੇ ਹੈਗੇ ਆਪਾਂ ਟਿੱਬੀ ਸਾਹਿਬ, ਜਾਂਦੇ ਜਾਂਦੇ ਮੈਂ ਕਿਹਾ ਉੱਧਰੋਂ ਵੀ ਰਸਤੇ 'ਚ ਮੱਥਾ ਟੇਕ ਜਾਂਦੇ ਹਾਂ, ਅਤੇ 1:30 ਵੱਜ ਗਿਆ, ਉਹੀ 3 ਵੱਜਣੇ ਘਰ ਜਾਂਦੇ ਜਾਂਦੇ। ਚਲੋ ਕਰ ਲਓ ਦਰਸ਼ਨ, ਅਤੇ ਫਿਰ ਟਿੱਬੀ ਸਾਹਿਬ ਆ ਗਏ ਆਪਾਂ, ਅਤੇ ਇੱਥੋਂ ਹੁਣ ਸਿੱਧੇ ਹੀ ਆਪਾਂ ਘਰੇ ਜਾਣਾ ਆ। ਚਲੋ ਕੀ ਹਾਂ, ਚਲੋ ਵਾਹਿਗੁਰੂ ਸੁੱਖ ਰੱਖੇ। ਕਿੰਨੇ ਗੁਰਦੁਆਰਾ ਸਾਹਿਬ ਅੱਜ ਮੱਥਾ ਟੇਕ ਲਿਆ ਆਪਾਂ? 1, 2, 3, 4 ਜਗ੍ਹਾ 'ਤੇ, 4 ਨਹੀਂ 5ਵੀਂ ਜਗ੍ਹਾ ਆ ਗਿਆ ਆਪਾਂ। ਓਕੇ 5ਵੀਂ ਜਗ੍ਹਾ 'ਤੇ ਆਏ ਹਾਂ ਅੱਜ, ਵਧੀਆ ਦਿਨ ਸੀ ਅੱਜ ਹੈ ਨਾ, ਅਰੇ ਬਾਬਿਆਂ ਦੇ ਦਰਸ਼ਨ ਕਰਾਏ ਆਪਣੇ, ਵਾਹਿਗੁਰੂ ਵਾਹਿਗੁਰੂ। ਚਲਾ ਜਾਓ, ਲਓ ਜੀ ਹੁਣ ਅਸੀਂ ਚੱਲੇ ਹਾਂ, ਉਹਨੇ ਫੋਨ ਨੂੰ ਲੱਗ ਗਿਆ ਮੈਂ ਲਾ ਪ੍ਰਸ਼ਾਦ ਕੋਨੇ ਕਹਿੰਦਾ ਤੂੰ ਕਲੇਰ ਸੇ ਬੰਦੀ ਚੱਲ ਕੋਈ ਪ੍ਰਸ਼ਾਦ ਤਾਂ ਵਧੀਆ ਲੱਗੇ ਜੇ। ਹਾਂ ਇਹ ਕਹਿੰਦਾ ਤਾਂ ਉੱਡਾ ਕੇ ਲਾਤਾ ਹੁੰਦਾ ਨਾ ਤੁਹਾਨੂੰ ਦੱਸਾਂ ਮੈਂ, ਅੱਛਾ ਮੈਂ ਵੱਢ ਹੋਣਾ ਸੀ ਅੱਜ, ਮੈਂ ਪੀਪੀ ਨਹੀਂ ਪੀ ਹੋਈ ਅੱਜ, ਪੈਕ ਹੋ ਕੇ ਜਾਣਾ ਸੀ ਕਰਦਾ ਕਿਤੇ। ਅੱਛਾ ਹਾਂ ਡਰੀ ਨੇ ਤਾਂ ਕਹਿੰਦੇ ਹਾਂ ਵੱਜ ਵੀ ਜਾਂਦੀ ਹੁੰਦੀ ਆ। ਆਹਾਂ ਉਹ ਹੁਆ ਹੋਣੀ ਤੁਹਾਨੂੰ ਪਤਾ ਹੀ ਆ ਮੈਂ, ਯਾਰ ਫੁੱਲ ਕਿੰਨੇ ਸੋਹਣੇ ਆ ਉਹਨੇ ਨਾ, ਤੁਰ ਤੱਕ ਇਹੀ ਲੱਗੇ ਆ ਫੁੱਲ ਉੱਥੇ ਅੰਦਰ ਤੱਕ। ਆਪਣੇ ਬਾਰੇ ਤਿੰਨ ਵਜੇ ਅੱਜ ਬਹੁਤ ਗਰਮੀ ਸੀ, ਹੁਣ ਗਰਮੀ ਹੋ ਗਈ ਆ, 2-3 ਦਿਨ ਹੋ ਗਏ ਬਹੁਤ ਸਿਆਜ ਤਾਂ ਬਹੁਤ ਹੋ ਗਈ ਆ, ਬਸ ਇਹ ਰੱਖਾਂਗੇ ਅੱਜ ਤੋਂ ਤਾਂ ਗਰਮੀ ਚੰਗੀ ਤਰ੍ਹਾਂ ਪੂਰੀ ਸਟਾਰਟ ਆ, ਏਸੀ ਤੇ ਕੱਪੜਾ ਮਾਰ ਲਓ, ਕੱਪੜਾ ਮਾਰ ਲਓ, ਸਹੀ ਗੱਲ ਏਸੀ ਲੱਗਿਓ ਉਹਨਾਂ ਨੂੰ ਕੱਪੜੇ ਸਰਵਿਸ ਕਰਾ ਲਓ, ਸਰਵਿਸ ਆਪਾਂ ਕਰਾਈ ਸੀ ਪਿਛਲੀ ਵਾਰੀ, ਹਾਂ ਬੰਦ ਕਰ ਲੱਗੇ ਨੇ ਕਿ ਪਹਿਲਾਂ ਕਰਾਉਣ ਲਈ ਬੰਦ ਕਰ ਲੱਗੇ, ਨਹੀਂ ਨਹੀਂ ਪਹਿਲਾਂ ਕਰਾਈ ਮੈਂ ਬੰਦ ਕਰਨ ਲੱਗੇ ਤੇ ਦੋਏ ਹੋਈ ਸੀ, 2 ਵਾਰ ਹੋਈ ਆ ਸਰਵਿਸ, ਉਹ ਵੀ ਚਿੜੀ ਵਿਚਾਰੀ ਦੂਈ ਕਰਦੀ ਸੀ ਉਹਦੋਂ, ਅੱਜ ਕੀ ਤੁਸੀਂ ਚਾਹੋ ਬੰਦ ਥੋੜੇ ਤਾਂ ਦਿਨ ਚੱਲਣੇ ਸੀ ਜਿੱਦਾਂ ਆਪਾਂ ਕਰਵਾਈ ਆ, ਮਤਲਬ ਹੁਣ ਲਗਰਾਉਣ ਦੀ ਲੋੜ ਨਹੀਂ ਹੈ ਹਜੇ ਨਹੀਂ ਜ਼ਰੂਰਤ, ਚਲੋ ਸਰਵਿਸ ਮਾੜੀ ਹੁੰਦੀ ਉਦਾਂ ਵੀ ਕਰਾਉਣੀ ਚਾਹੀਦੀ ਜੀ, ਠਹਿਰ ਕੇ ਮਾੜੀ ਹੁੰਦੀ ਨਾ ਕਾਫੀ ਹੁੰਦੀ ਜੀ ਨਾ, ਚਲੋ ਹੁਣ ਅਸੀਂ ਇਧਰੋਂ ਆ ਗਏ ਪੱਲਾ ਚੋਰਨ ਲੋ ਆ ਗਏ, ਫਿਰ ਨੂੰ ਜਾਂਦੀ ਜਾਂਦੀ ਛੱਡ ਜੀਏ, ਛੱਡ ਜੋ ਆਰਾਮ ਨਾਲ ਨਜ਼ਾਰੇ ਲੈ, ਚਲ ਛੱਡ ਜੀਏ, ਛੱਡ ਦੋ ਕੱਪੜੇ ਤੇਰੇ, ਕੋਈ ਕੱਪੜੇ ਬਹੁਤ ਹੈ, ਚਲ
ਤੇਲ ਵੀ ਕਹਿੰਦਾ ਸੀ ਟਾਈਮ 2:41 ਹੋ ਗਏ ਤੇ ਹੁਣ ਘਰੇ ਆਏ ਆ। ਕਪਤਾਨ ਨੂੰ ਇੱਧਰ ਕੱਚੀ ਲੱਸੀ ਪਾਤੀ, ਡੈਡੀ ਇੱਧਰ ਜਿੱਦਾਂ ਲੱਗ ਚਾਬੀ ਨਾਲ ਲੈ ਗਿਆ ਇੱਦਾਂ। ਚਲੋ ਮੰਮੀ ਫਿਰ ਇੱਕ ਚਾਬੀ ਹੋਰ ਰੱਖਦੀ ਨਾਲ, ਸਾਡੇ ਨਾਲ ਐਂ ਕੈਨੇਡਾ ਵਾਲੀ ਫੀਲਿੰਗ ਘਰੇ ਲਈ ਫਿਰਦੇ ਆ, ਇੱਕ ਇੱਕ ਚਾਬੀ ਰੱਖ ਲਿਆ ਦਿੰਦੇ ਜਾਣੇ ਵੀ ਜੇ ਤੂੰ ਬਾਹਰ ਚਲੇ ਗਿਆ ਤਾਂ ਮੈਂ ਆ ਕੇ ਚਾਬੀ ਨਹੀਂ ਜਿੰਦਾ ਤਾਂ ਖੋਲੂੰਗੀ। ਜੀ ਵੀ ਤੁਹਾਨੂੰ ਦਿੱਤੀ ਹੋ ਸੀ ਇੱਕ ਗੱਡੀ 'ਚ ਰੱਖੀ ਕਿ ਨਹੀਂ ਪਤਾ ਨਹੀਂ, ਮੈਂ ਦਿੱਤੀ ਸੀ ਯਾਰ, ਮੈਂ ਗਵਾ ਦਿੰਦਾ ਹੁੰਦਾ ਛੇਤੀ ਚਾਬੀਆਂ। ਚਲੋ ਹਾਂਜੀ, ਕਿਹਾ ਤਾਂ ਇੱਦਾਂ ਸੀਗਾ ਵੀ ਅੱਜ ਵਲੌਗ ਆ ਕੇ ਐਡਿਟ ਕਰਕੇ ਅਤੇ ਅਪਲੋਡ ਕਰ ਦੇਣਾ, ਚੱਕਰ ਇਹ ਪੈ ਗਿਆ ਕਿ ਆ ਕੇ ਥੱਕ ਗਿਆ ਸੌਂ ਗਿਆ ਅਤੇ ਹੁਣ ਟਾਈਮ ਹੋ ਗਿਆ 7:00 ਆ, 6:30 ਤੋਂ ਵੀ ਬਾਅਦ ਵਿੱਚ 7:15 ਉੱਠਿਆ ਮੈਂ, ਫਿਰ ਐਡਿਟ ਕਦੋਂ ਕਰਨਾ ਸੀ ਅਤੇ ਅਪਲੋਡ ਕਦੋਂ ਕਰਨਾ ਸੀਗਾ, ਸੋ ਤਾਂ ਕਰਕੇ ਹੋ ਗਿਆ। ਨਹੀਂ ਤਾਂ ਅੱਜ ਮੈਂ ਪੱਕਾ ਹੀ ਕਹਿ ਕੇ ਕਿਰਨ ਨੂੰ ਸੁੱਤਾ ਹੀ, ਕਿਰਨ ਨੂੰ ਪੁੱਛ ਲਿਓ, ਕਿਰਨ ਕਿਹਾ ਸੀ ਨਾ ਮੈਂ ਕਿਹਾ ਜੀ ਵਲੌਗ ਐਡ ਕਰਕੇ ਪਾਉਣਾ ਹਾਲ ਦੇਖ ਲਾ, ਅੱਜ ਸਾਰਾ ਕਸੂਰ ਨੀਂਦ ਦਾ ਹੋਵੇ, ਥਕਾਵਟ ਬਹੁਤ ਹੋਈ ਸੀਗੀ ਅਤੇ ਫਿਰ ਮੈਂ ਸੌ ਗਿਆ ਅਤੇ ਹੁਣੇ ਉੱਠਿਆ। ਚਲੋ ਕੋਈ ਚੱਕਰ ਨਹੀਂ, ਬਾਕੀ ਤੁਸੀਂ ਸਮਝਦੇ ਹਾਂ ਠੀਕ ਹੈ, ਕਿਉਂਕਿ ਅੱਜ ਇੱਦਾਂ ਬਸੰਗਤ ਵੀ ਸੀਗੀ ਉਹਦੇ ਕਰਕੇ ਫਿਰ ਟਾਈਮ ਵੀ ਲੱਗਾ ਮੱਥਾ ਟੇਕਣ ਨੂੰ ਅਤੇ ਫਿਰ ਇੰਨੀ ਥਕਾਵਟ ਤਾਂ ਹੋਈ ਜਾਂਦੀ ਆ। ਹੁਣ ਮੈਂ ਚੱਲਿਆ ਬਾਹਰ ਨੂੰ ਮਾੜਾ ਜਿਹਾ, ਚਲੋ ਖੋਲਦੇ। ਹਾਂਜੀ ਕੀ ਹਾਲ ਚਾਲ ਆ ਪ੍ਰਧਾਨ ਸਾਰਿਆਂ ਦਾ, ਲਓ ਜੀ ਆਹ ਵਾਲਾ ਵਲੌਗ ਆਪਾਂ ਇੱਥੇ ਐਂਡ ਕਰਦੇ ਹਾਂ। ਸੋ ਇਹ ਵਲੌਗ ਜੀ ਦੇਖਣ ਆਪਾਂ ਗਏ ਸੀਗੇ ਮੱਥਾ ਟੇਕਣ, ਠੀਕ ਆ, ਅਤੇ ਵਧੀਆ ਮੱਥਾ ਟੇਕ ਹੋ ਗਿਆ, ਸਾਰੇ ਦਰਸ਼ਨ ਕਰ ਹੋ ਗਏ, ਤੁਸੀਂ ਵੀ ਸਾਰੇ ਦਰਸ਼ਨ ਕਰ ਲਿਓ ਠੀਕ ਆ। ਸੋ ਵਲੌਗ ਦੇਖ ਲਿਓ ਅਤੇ ਬਾਕੀ ਹੁਣ ਤੁਹਾਨੂੰ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ। ਸਾਰੇ ਜਿਹੜੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਵੀਡੀਓ ਨੂੰ ਲਾਈਕ ਕਰ ਦਿਓ ਅਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ। ਚੰਗਾ ਜੀ, ਬਾਏ ਬਾਏ।